ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Shri Guru Gobind Singh Maharaj ji de basaye hoye shahar Paunta Sahib de darbar vich dur dredeyon aiyan satkar yog sangtan te sade patwant te veer te Singh Sahib saryan nu dono hath jod ke Vaheguru ji ka khalsa Vaheguru ji ki fateh Satguru Kalki Tar Maharaj ਪੁੱਤਰਾਂ ਦੇ ਦਾਨੀ ਸਰਵੰਸ ਦੇ ਦਾਨੀ ਅੰਮ੍ਰਿਤ ਦੇ ਦਾਨੀ ਉਹ ਅੰਮ੍ਰਿਤ ਜਿਸ ਨੂੰ ਛੱਕ ਕੇ ਮੁਰਦਿਆਂ 'ਚ ਜਾਨ ਪੈਂਦੀ ਹੈ ਜਿਸ ਨੂੰ ਛੱਕ ਕੇ ਮੁਰਦਾ ਰੂਹਾਂ ਜਿੰਦਾ ਹੋ ਜਾਂਦੀਆਂ ਹਨ ਐਸਾ ਅੰਮ੍ਰਿਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤਾ ਜਿਨ੍ਹਾਂ ਨਾਲ ਗਿੱਦੜਾਂ ਤੋਂ ਸ਼ੇਰ ਬਣੇ ਉਹੀ ਅੰਮ੍ਰਿਤ ਛੱਕ ਕੇ ਹਰੀਆਂ ਬੇਲਾਂ ਤੋਂ ਜਥੇਦਾਰ ਸਤਿਕਾਰਯੋਗ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਵਿੱਚ ਉਸ ਜਥੇ ਦੇ ਰੂਪ ਵਿੱਚ ਸਿੰਘ ਇਸ ਜਗ੍ਹਾ 'ਤੇ ਮਹੰਤਾਂ ਤੋਂ ਹੋ ਰਹੀ ਜੋ ਵੀ ਇੱਥੇ ਕਰੈਤਾਂ ਸਨ ਉਹਨਾਂ ਤੋਂ ਸਿੱਖ ਪੰਥ ਦਾ ਆਸਰਾ ਲੈ ਕੇ ਸਤਿਗੁਰੂ ਜੀ ਦਾ ਆਸਰਾ ਲੈ ਕੇ ਇੱਥੇ ਪਹੁੰਚੇ ਤਾਂ ਕਿ ਇਹ ਕੁਕਰਮ ਜੋ ਹਨ ਉਹ ਬੰਦ ਹੋਣ ਅਤੇ ਆਉਣ ਵਾਲੇ ਸਮੇਂ ਲਈ ਸੰਗਤਾਂ ਇੱਥੇ ਖੁੱਲ੍ਹੇ ਦਰਸ਼ਨ ਕਰ ਸਕਣ। ਜੋ ਸ਼ਹੀਦ ਰੂਹਾਂ ਹੁੰਦੀਆਂ ਹਨ ਉਹ ਤੁਰੋਂ ਹੀ ਮਹਾਰਾਜ ਬਖਸ਼ ਕੇ ਭੇਜਦੇ ਹਨ, ਉਹਨਾਂ ਦੇ ਬਲੂ ਪ੍ਰਿੰਟ ਬਣੇ ਹੁੰਦੇ ਹਨ, ਸਿਰਫ ਅਸਾਰੀਆਂ ਹੀ ਇੱਥੇ ਹੁੰਦੀਆਂ ਹਨ। ਹਰ ਕੋਈ ਸ਼ਹੀਦ ਨਹੀਂ ਹੋ ਸਕਦਾ, ਹੋ ਸਕਦਾ ਹੈ ਉਸ ਸਮੇਂ ਕੋਈ ਹੋਰ ਵੀ ਸ਼ਹੀਦੀ ਚਾਹੁੰਦਾ ਹੋਵੇਗਾ, ਪਰ ਜਿਸ ਦੇ ਭਾਗਾਂ ਵਿੱਚ ਹੋਵੇ ਬਹੁਤ ਪਵਿੱਤਰ ਮਹਾਨ ਈਰਖਾ ਦਵੈਸ਼ ਤੋਚੀਆਂ ਸਤਿਗੁਰੂ ਜੀ ਨੂੰ ਸਮਰਪਿਤ ਆਪਣਾ ਇਸ਼ਕ ਗੁਰੂ ਜੀ ਨੂੰ ਸਮਝਣ ਵਾਲੀਆਂ ਰੂਹਾਂ ਨੂੰ ਹੀ ਇਹ ਕੁਰਬਾਨੀਆਂ ਸ਼ਹੀਦੀਆਂ ਮਿਲਦੀਆਂ ਹਨ। ਸਾਡੇ ਕੀਮਤੀ ਸਿੰਘ ਜਿਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਸਵੇਰ ਤੋਂ ਹੋਰ ਪ੍ਰਬੰਧ ਪਤਵੰਤ ਅਤੇ ਵੀਰ ਆਪ ਜੀ ਨੂੰ ਸੁਣਾ ਰਹੇ ਹਨ, ਆਪ ਸਾਰਾ ਇਤਿਹਾਸ ਸੁਣ ਚੁੱਕੇ ਹੋ। ਉਹਨਾਂ ਸ਼ਹੀਦਾਂ ਦੇ ਵਿੱਚ 22 ਮਈ ਨੂੰ ਜੋ ਸ਼ਹਾਦਤ ਹੋਈ ਬਾਬਾ ਜੀ ਨੇ ਬਹੁਤ ਖੁੱਲ੍ਹ ਕੇ ਸੁਣਾਈ, ਉਸ ਦੇ ਵਿੱਚ ਹੀ ਬਾਬਾ ਜੀ ਦੀ ਵੀ ਦੇਹ ਸੀ, ਦੋ ਹੋਰ ਸਿੰਘ ਜ਼ਖਮੀਆਂ ਦੀ ਵੀ ਦੇਹ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਸਾਰੀ ਸੰਗਤ ਦੀਆਂ ਅਰਦਾਸਾਂ ਸੁਣ ਕੇ ਉਸ ਵੇਲੇ ਤੁਰੋਂ ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਨੂੰ ਉਹ ਜੀਵਨ ਬਖਸ਼ਿਆ ਜੋ ਆਮ ਬੰਦਿਆਂ ਨੂੰ ਨਹੀਂ ਮਿਲਦਾ। ਉਸ ਦਿਨ ਤੋਂ ਲੈ ਕੇ ਉਹ ਤਤਪਰ ਹੋ ਕੇ ਖਾਲਸਾ ਪੰਥ ਦੀ ਸਿੱਖੀ ਦੀ ਸੇਵਾ ਇੱਥੇ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਨਿਭਾ ਰਹੇ ਹਨ। ਉਹਨਾਂ ਦੇ ਫੋਲੋ ਕਰਨ ਵਾਲੇ ਸਤਿਗੁਰੂ ਜੀ ਦੇ ਲੜ ਲਾਏ ਹੋਏ ਬੇਅੰਤ ਪ੍ਰੋਫੈਸ਼ਨਲ ਗੋਰੇ ਕਾਲੇ ਚੀਨੇ ਪੰਜਾਬੀ ਹਨ ਜੋ ਕਿ ਉਹਨਾਂ ਤੋਂ ਇੱਕ ਇੱਕ ਮਿੰਟ ਦਾ ਟਾਈਮ ਲੈ ਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ। ਜਥੇਬੰਦੀਆਂ ਸਾਰੀਆਂ ਮਹਾਨ ਸਿੰਘਾਂ ਦੀਆਂ ਸਤਿਕਾਰਯੋਗ ਹਨ, ਪਰ ਕੋਈ ਫਾਈਨੈਂਸ਼ਲੀ ਸਾਡੇ ਤੋਂ ਵੱਡਾ ਹੋ ਸਕਦਾ ਹੈ, ਪ੍ਰੋਪਰਟੀਆਂ 'ਚ ਵੱਡਾ ਹੋ ਸਕਦਾ ਹੈ, ਪਰ ਸਭ ਤੋਂ ਸਨਮਾਨ ਵਾਲੀ ਜਥੇਬੰਦੀ ਜਿਸ ਦੇ ਕੋਲ ਬਹੁਤ ਵੱਡਾ ਸਰਮਾਇਆ ਹੈ ਉਹ ਤੁਹਾਡੀ ਤਰਨਾ ਦਲ ਹਰੀਆਂ ਬੇਲਾਂ ਜਥੇਬੰਦੀ ਹੈ। ਹਰੀਆਂ ਬੇਲਾਂ ਦੇ ਸਾਰੇ ਵੀਰ ਜਥੇਬੰਦੀ ਦੇ ਸਿੰਘੋ, ਇਸ ਗੱਲ ਨੂੰ ਸਦਾ ਧਿਆਨ 'ਚ ਰੱਖੋ, ਜੋ ਵੀ ਸਾਡਾ ਸਤਿਕਾਰ ਹੈ ਇਸ ਸੂਰਬੀਰ ਯੋਧੇ ਕਰਕੇ ਹੈ।
ਜੋ ਕਿ ਅੱਜ ਤੱਕ ਸਾਨੂੰ ਆਪਣਾ ਛਾਇਆ ਦੇ ਰਿਹਾ ਹੈ, ਉਂਗਲੀ ਫੜ ਕੇ ਚੱਲ ਰਿਹਾ ਹੈ। ਇਸ ਤੋਂ ਬਿਨਾਂ ਅਸੀਂ ਜ਼ੀਰੋ ਤਾਂ ਬਹੁਤ ਹਾਂ, ਪਰ ਇਹਨਾਂ ਦਾ ਇੱਕ ਲੱਗਣ ਨਾਲ ਅਸੀਂ ਲੱਖਾਂ ਕਰੋੜਾਂ ਬਣ ਜਾਂਦੇ ਹਾਂ। ਆਓ ਅਸੀਂ ਇਹਨਾਂ ਦੇ ਨਾਲ ਚੱਲ ਕੇ ਮੁੰਡੇ ਨਾਲ ਮੁੰਡਾ ਲਾ ਕੇ ਇਹਨਾਂ ਦੇ ਜੀਵਨ 'ਚੋਂ ਜੀਵਨ ਜਾਚ ਸਿੱਚ ਕੇ ਸੇਵਾ ਸਿਮਰਨ 'ਚ ਜੁੜ ਕੇ ਇਸ ਜਥੇਬੰਦੀ ਨੂੰ ਬਹੁਤ ਦੂਰ ਅਗਾਂਹ ਲੈ ਕੇ ਜਾਈਏ। ਚੰਦ ਇੱਕ ਲਾਈਨਾਂ ਲਿਖੀਆਂ ਹਨ, ਦੋ ਲਾਈਨਾਂ ਉਸ ਰਾਤ ਦੀਆਂ ਹਨ 22 ਮਈ ਦੀਆਂ, ਬਾਕੀ ਇਹ ਸਾਕੇ ਦੀਆਂ ਹਨ। ਬਹੁਤ ਛੇਤੀ ਸਮਾਪਤ ਹੋਵੇਗਾ, ਆਪ ਜੀ ਨੂੰ ਸਰਵਣ ਕਰਾ ਰਹੇ ਹਾਂ। ਕਾਲੀ ਬੋਲੀ ਰਾਤ ਸੀ, ਰੁਕੀਆਂ ਸਨ ਸਾਹਾਂ, ਦ੍ਰਿਸ਼ ਬੜੇ ਹਨੇਰ ਦਾ ਏ, ਕਿਵੇਂ ਚਾਨਣ ਪਾਵਾਂ। ਕਾਲੀ ਬੋਲੀ ਰਾਤ ਸੀ, ਰੁਕੀਆਂ ਸਨ ਸਾਹਾਂ, ਦ੍ਰਿਸ਼ ਬੜੇ ਹਨੇਰ ਦਾ ਏ, ਕਿਵੇਂ ਚਾਨਣ ਪਾਵਾਂ। ਅੱਗੇ ਅਰਸ਼ਾਂ ਤੋਂ ਫਰਸ਼ਾਂ 'ਤੇ ਵੀਰ ਜਿਹੜੇ ਆਏ ਨੇ, ਕਲਗੀਧਰ ਜੀ ਦੀ ਨਿਗਾਹ ਨੇ ਮਹਾਂਵੀਰ ਇਹ ਬਣਾਏ ਨੇ। ਗੱਲ ਗੱਲ ਵਿੱਚ ਗਾਨੇ ਵਨ ਗੁਰਾਂ ਪੌਂਟਾ ਸਾਹਿਬ ਬੁਲਾਏ, ਹੱਥ ਵਿੱਚ ਗਾਨੇ ਵਨ ਗੁਰਾਂ ਪੌਂਟਾ ਸਾਹਿਬ ਬੁਲਾਏ ਨੇ, ਸਿਰ ਉੱਤੇ ਖੱਪਣ ਵਨ ਲਾੜੀ ਮੌਤ ਵਿਆਵਣ ਆਏ ਨੇ। ਕੁਕਰਮੀ ਮਹੰਤਾਂ ਤੋਂ ਆਜ਼ਾਦ ਕਰਾਉਂਦੇ ਗੁਰੂ ਜੀ ਦੇ ਦਰਬਾਰ ਨੂੰ, ਹਿੱਕਾਂ ਵਿੱਚ ਗੋਲੀਆਂ ਖਾਂਦੇ ਜਪਣ ਨਿਰੰਕਾਰ ਨੂੰ, ਪਵਿੱਤਰ ਲੋਹਾਂ ਨਾਲ ਦਰਬਾਰਾਂ ਦੇ ਇਸ਼ਨਾਨ ਜੋ ਕਰਾਏ ਨੇ, ਤਾਂਹੀਓ ਇਸ ਦਰਬਾਰ 'ਤੇ ਅੱਜ ਰੰਗ ਇਹੋ ਆਏ ਨੇ। ਤਾੜ ਤਾੜ ਗੋਲੀ ਚੱਲੇ, ਕੰਬਦੀਆਂ ਵੀ ਕੰਧਾਂ ਸਨ, ਗੁਰਾਂ ਜੀ ਦੇ ਅੰਗਾਂ ਉੱਤੇ ਡੁੱਲੀਆਂ ਖੂਨੀ ਰੰਗਾਂ ਸਨ। ਚਸ਼ਮਦੀਦ ਗਵਾਹ ਜਿਹੜੇ ਹੌਂਸਲਾ ਦਵਾਉਂਦੇ ਸੀ, ਗਵਾਹੀ ਦੇਣ ਵੇਲੇ ਉਹ ਕੰਨੀ ਕਤਰਾਉਂਦੇ ਸੀ। ਝੂਠ ਨੂੰ ਸੱਚ ਬਣਾ ਉਹ ਪੱਲਾ ਪਏ ਝਾੜਦੇ, ਤਾਂਹੀਓ ਤਾਂ ਉਹ ਕਹਾਉਂਦੇ ਨੇ ਟਾਊਟ ਸਰਕਾਰ ਦੇ। ਜਿੰਦਾ ਸ਼ਹੀਦ ਵੀ ਤਾਂ ਸਤਿਗੁਰੂ ਜੀ ਤੁਸੀਂ ਹੀ ਬਣਾਇਆ ਸੀ, ਇਹ ਜ਼ਿੰਦਗੀ ਵੀ ਤੇਰੀ ਕੌਮ ਦਾ ਸਰਮਾਇਆ ਏ, ਸੇਵਾ ਕਰਵਾਈ ਜਾਇਓ। ਗੁਰੂ ਜੀ ਰਾਹ ਦੇ ਰੋੜਿਆਂ ਨੂੰ ਖਾਰ ਕੇ ਹੱਥ ਨਾ ਛੱਡੀ, ਬਸ ਸਤਿਗੁਰਾ ਸੀਸ 'ਤੇ ਪਿਆਰ ਦੇ। ਕਿਹੋ ਜਿਹੇ ਪਾਪੀ ਜੋ ਨਹੱਥਿਆਂ ਨੂੰ ਮਾਰਦੇ, ਦੇਖ ਜਸ਼ਪਾਲ ਇਹੋ ਰੰਗ ਕਰਤਾਰ ਦੇ। ਕਿਹੋ ਜਿਹੇ ਪਾਪੀ ਜੋ ਨਿਹੱਥਿਆਂ ਨੂੰ ਮਾਰਦੇ, ਦੇਖ ਜਸ਼ਪਾਲ ਇਹੋ ਰੰਗ ਕਰਤਾਰ ਦੇ। ਇਸ ਦਰਬਾਰ 'ਚ ਆਏ ਹੋਏ ਸਾਰੇ ਸਤਿਕਾਰਯੋਗ ਵੱਡੇ ਛੋਟੇ ਸਾਰਿਆਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਿਮਾ ਦੇ ਜਾਚ ਖਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਅਰਦਾਸ ਕਰੋ, ਇਸੇ ਹੀ ਤਰ੍ਹਾਂ ਸਤਿਗੁਰੂ ਜੀ ਦਾ ਹੱਥ ਇਹਨਾਂ ਮਹਾਂਪੁਰਸ਼ਾਂ 'ਤੇ ਰਹੇ, ਅਤੇ ਇਹ ਗਾਥਾ ਸਾਨੂੰ ਹਰ ਸਾਲ ਸੁਣਾਉਂਦੇ ਰਹਿਣ। ਕਿਤੇ ਇਹ ਨਾ ਹੋਵੇ ਇਹ ਸ਼ਹੀਦਾਂ ਦੀ ਕਹਾਣੀ ਇੱਕ ਖੁੰਝੇ ਵਿੱਚ ਰਹਿ ਜਾਵੇ, ਜਦੋਂ ਤੱਕ ਇਹ ਜਿੰਦਾ ਹਨ ਇਹ ਸਾਰੀਆਂ ਯਾਦਾਂ ਜਿੰਦਾ ਰੱਖਣਗੇ। ਉਸ ਤੋਂ ਬਾਅਦ ਪੰਥ ਦਾ ਫਰਜ਼ ਹੈ ਇਹਨਾਂ ਸ਼ਹੀਦਾਂ ਨੂੰ ਸਦਾ ਵਾਸਤੇ ਯਾਦਾਂ ਨੂੰ ਤਾਜ਼ਾ ਰੱਖਣ। ਖਿਮਾ ਦੇ ਜਾਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।